اسلام علیکم ناظرین پروگرام معیشت نامہ دے نال تہاڈا میزبان اظہر قاری حاضر ہے ناظرین ملکی معیشت نو توانائی بحران دی وجہ نال شدید مشکلات دا سامنا ہوئے تے اس ویلے بے روزگاری تے مہنگائی آئے روز بڑی تیزی نال ودی جا رہی ہے فیکٹریاں ملاں بند ہوندیاں جا رہی ہیں تے لکھاں لوگ بے روزگار ہو چکے نے ساڈی پیداواری صلاحیت انڈسٹری دی پیداواری صلاحیت جڑی بڑی تیزی نال نیچے آندی جا رہی ہے تے اس مشکل وقت دے وچ حکومت نے ویلیو ایڈڈ ٹیکس نافذ کرن دا فیصلہ کیتا ہے تے اسیں اج دے پروگرام وچ ਇਸ ਬਾਰੇ ਚ ਗੱਲਬਾਤ ਕਰਾਂਗੇ ਕਿ ਇਸ ਵੈਲਿਊ ਐਡਿਡ ਟੈਕਸ ਦੇ ਨਾਲ ਸਾਡੀ ਮਈਸ਼ਤ ਤੇ ਕੀ ਅਸਰਾਤ ਪੈਣਗੇ ਤੇ ਸਾਡੇ ਨਾਲ ਮੌਜੂਦ ਹੋਣਗੇ ਮਾਰੂਫ ਮਈਸ਼ਤ ਹਨ ਜਨਾਬ ਡਾਕਟਰ ਸ਼ਾਹ ਜ਼ਿਆ ਸਾਹਿਬ ਤੇ ਉਹਨਾਂ ਦੇ ਨਾਲ ਤਸ਼ਰੀਫ ਰੱਖਦੇ ਨੇ ਡਾਕਟਰ ਕੈਸ ਅਸਲਮ ਸਾਹਿਬ ਮਈਸ਼ਤਦਾਨ ਨੇ ਤੇ ਡਾਕਟਰ ਸ਼ਾਹ ਜ਼ਿਆ ਸਾਹਿਬ ਤੁਹਾਡੇ ਕੋਲੋਂ ਗੱਲਬਾਤ ਦਾ ਆਗਾਜ਼ ਕਰਾਂਗੇ ਕੀ ਦੇਖ ਰਹੇ ਹੋ ਕਿ ਇਸ ਵੇਲੇ ਵੈਲਿਊ ਐਡਿਡ ਟੈਕਸ ਦਾ ਨਫਾਜ਼ ਜਿਹੜਾ ਵੇ ਉਹ ਮੁਨਾਸਬ ਹੈ ਬਹੁਤ ਸ਼ੁਕਰੀਆ ਸਾਹਿਬ سوال یہ نہیں ہے کہ کیا اس ٹائم تے مناسب ہے یا غیر مناسب ہے سوال ہے وہ کہ ادھر نال فائدے کی ہون گے تو نقصانات کی ہون گے ہن ویلیو ایڈڈ ٹیکس کوئی نئی چیز نہیں بالکل ٹھیک ہے دنیا چ ترقی پذیر ملکوں بہت عرصے تو ہے بلکہ یہ شروع سن 1954 فرانس سے ہویا سی اور اج 56 سال تو بعد 50% ਉਹਨਾਂ ਦਾ ਜਿਹੜਾ ਰੈਵਨਿਊ ਹੈ ਉਹ ਵੈਟ ਦੇ ਜ਼ਰੀਏ ਵੈਟ ਦੇ ਜ਼ਰੀਏ ਠੀਕ ਹੈ ਹੁਣ ਜਿਹੜੀ ਤੁਸੀਂ ਗੱਲ ਕੀ ਇਹ ਮੁਸ਼ਕਿਲ ਵਕਤ ਸਾਡੇ ਤੇ ਵਾਲ ਚਿੱਟੇ ਹੋਏ ਨਾ ਬੰਦੇ ਚੰਗੇ ਵਕਤ ਕਿਹੜੇ ਸੀ ਮੁਸ਼ਕਿਲ ਵਕਤ 'ਚ ਹੀ ਹੋਣਾ ਸਾਰਾ ਕੁਛ ਠੀਕ ਹੈ ਠੀਕ ਹੈ ਅਤੇ ਇਹ ਮੁਸ਼ਕਿਲ ਵਕਤ 'ਚ ਹੀ ਇਹ ਟੈਕਸ ਲੱਗਣਾ ਹੈ ਪਹਿਲੇ ਵੀ ਟੈਕਸਿਸ ਹੈ ਨਾ ਦੂਸਰੀ ਗੱਲ ਤੁਸੀਂ ਜ਼ਿਕਰ ਕੀਤਾ ਸੀ ਕਿ ਜੇ ਕੁਛ ਵੀ ਨਹੀਂ ਹੋ ਰਿਹਾ ਕੁਛ ਇੰਡਸਟਰੀਆਂ ਬੰਦ ਹੋ ਰਹੀਆਂ ਨੇ ਉਹ ਵੀ ਇਸ ਤਰ੍ਹਾਂ ਚੱਲਦਾ ਰਹਿਣਾ ਸਿਲਸਿਲਾ ਲੇਕਿਨ ਵੈਟ ਇੱਕ ਐਸੀ ਚੀਜ਼ ਹੈ ਜਿਸ ਵਿੱਚ ਕਾਫੀ ਸਾਲਾਂ ਤੋਂ ਇਸ ਤੋਂ ਗੌਰ ਹੋ ਰਿਹਾ ਸੀ ਔਰ ਇਹਦੇ ਵਿੱਚ ਤੁਹਾਡੀ ਜਿਹੜੀ ਏਜੰਸੀਆਂ ਨੇ ਜਿਹੜੀਆਂ ਤੁਹਾਨੂੰ ਏਡ ਦਿੰਦੀਆਂ ਨੇ ਲੋਨ ਦਿੰਦੀਆਂ ਨੇ ਜਿਵੇਂ IMF ਹੈ ਵਰਲਡ ਬੈਂਕ ਹੈ ADB ਉਹ ਵੀ ਬਹੁਤ ਜ਼ਿਆਦਾ ਉਹਨਾਂ ਦਾ ਇੰਟਰਸਟ ਸੀ ਕਿ ਇਹ ਸਿਸਟਮ ਜ਼ਿਆਦਾ ਕਾਮਯਾਬ ਹੈ ਅਤੇ ਇਹਨੂੰ ਨਾਫਿਜ਼ ਕੀਤਾ ਜਾਏ ਉਹਨ ਮੁਲਕਾਂ 'ਚ ਜਿਹਦੇ 'ਚ ਡਾਕੂਮੈਂਟੇਸ਼ਨ ਆਫ ਇਕੋਨਮੀ ਨਹੀਂ ਹੈ ਉਨੀ ਅੱਛੀ ਤਾਂ ਕਿ ਉਹਨੂੰ ਬਿਹਤਰ ਕੀਤਾ ਜਾਏ ਤਾਂ ਵੈਟ ਇਸ ਲਈ ਹੁਣ ਸ਼ੁਰੂ ਹੋ ਜਾਏਗਾ ਇਨਸ਼ਾ ਅੱਲਾਹ ਤਾਲਾ ਪਹਿਲੀ ਜੁਲਾਈ 2010 ਤੋਂ ਨਵੇਂ ਮਾਲੀ ਸਾਲ ਤੋਂ ਔਰ ਇਹਦਾ ਜਿਹੜਾ ਖਿਆਲ ਇਹੀ ਹੈ ਕਿ ਇਹ ਇੱਕ ਤੇ ਵੈਸੇ 15% ਹੈ ਸੇਲਸ ਟੈਕਸ ਤੁਹਾਡਾ 16% ਹੈ GST ਜਿਹੜਾ ਔਰ ਇੱਕ ਤੇ 1% ਦਾ ਉਹਦੇ ਨਾਲ ਫਰਕ ਪਾਇਆ ਜਾਏਗਾ ਦੂਸਰਾ ਵੈਲਿਊ ਐਡਿਡ ਟੈਕਸ ਥੋੜ੍ਹਾ ਜਿਹਾ ਮੁਖਤਲਿਫ ਹੈ ਸੇਲਸ ਟੈਕਸ ਤੋਂ ਕਿ ਸੇਲਸ ਟੈਕਸ ਦੇ ਵਿੱਚ ਟੈਕਸ ਦੇ ਉੱਤੇ ਟੈਕਸ ਲੱਗਦਾ ਕੈਸਕੇਡਿੰਗ ਇਫੈਕਟ ਆਉਂਦਾ ਜੀ ਹਰ ਪਹਿਲੂ ਤੇ ਆ ਕੇ ਉਹਦਾ ਟੈਕਸ ਤੇ ਇਹਦਾ ਸਿੰਗਲ ਪੁਆਇੰਟ ਤੇ ਟੈਕਸ ਹੈ ਜੀ ਦੂਸਰਾ ਅਹਿਮ ਫਰਕ ਹੈ ਵੇ ਕਿ ਜਿਹੜਾ ਜਨਰਲ ਸੇਲਸ ਟੈਕਸ ਹੈ ਉਹ ਸਿਰਫ ਗੁੱਡਸ ਦੇ ਉੱਤੇ ਇਹਦਾ ਇਨਹਾਕ ਗੁੱਡਸ ਤੇ ਵੀ ਹੈ ਤੇ ਸਰਵਿਸਿਸ ਤੇ ਵੀ ਹੈ ਤੇ ਉਹ ਜਿਹੜੇ ਕੰਜ਼ਿਊਮਰਸ ਨੇ ਉਹਨਾਂ ਨੂੰ ਐਡਵਾਂਟੇਜ ਇਹਦਾ ਇਹ ਹੋ ਸਕਦਾ ਹੈ ਕਿ ਇਹਦੀ ਇੱਕ ਤੇ 1% ਦਾ ਵੈਸੇ ਫਰਕ ਹੋ ਜਾਏਗਾ ਔਰ ਸੇਲਸ ਪੁਆਇੰਟ ਦੇ ਉੱਤੇ ਇਹਦਾ ਟੈਕਸ ਦਿਖਾ ਦੇ ਸੋਰੀ ਮੈਂ ਇੰਟਰਪਟ ਕਰ ਰਿਹਾ ਇਹਦੇ ਵਿੱਚ ਇਹ ਦੱਸੋ ਕਿ ਇਹ ਮਲਟੀਪਲਾਈ ਨਹੀਂ ਹੋਏਗਾ ਸੇਲਸ ਟੈਕਸ ਇੱਕ ਜਗ੍ਹਾ ਤੇ ਜਦੋਂ ਚੀਜ਼ ਤਿਆਰ ਹੋ ਜਾਂਦੀ ਹੈ ਤੇ ਉਹਦੇ ਤੇ ਸੇਲਸ ਟੈਕਸ ਲੱਗਦਾ ਹੈ ਤੇ ਵੈਲਿਊ ਐਡਿਡ ਟੈਕਸ ਜਿਹੜਾ ਮਲਟੀਪਲਾਈ ਨਹੀਂ ਹੋਏਗਾ ਜਦੋਂ ਇੱਕ ਮਤਲਬ ਕਾਟਨ ਨੂੰ ਤੁਸੀਂ ਧਾਗਾ ਬਣਾਉਂਦੇ ਹੋ ਧਾਗੇ ਤੋਂ ਤੁਸੀਂ ਸ਼ਰਟ ਬਣਾਉਂਦੇ ਹੋ ਤੇ ਟੈਕਸ ਮਲਟੀਪਲਾਈ ਨਹੀਂ ਹੋ ਜਾਏਗਾ ਗੁਜ਼ਾਰਿਸ਼ ਹੈ ਕਿ ਇਹੀ ਫਰਕ ਹੈ ਕਿ ਸੇਲਸ ਟੈਕਸ ਦੇ ਉੱਤੇ ਫਿਰ ਵੀ ਜਿਹੜਾ ਇਫੈਕਟ ਹੈ ਕਾਸਕੇਡਿੰਗ ਇਫੈਕਟ ਟੈਕਸ ਦੇ ਉੱਤੇ ਟੈਕਸ ਜਿਹੜਾ ਵੈਲਿਊ ਐਡਿਡ ਟੈਕਸ ਹੈ ਉਹਦੇ ਚ ਹਰ ਇਨਸਾਨ ਨੇ ਆਪਣੇ ਜਿਹੜੇ ਜਿਹਦਾ ਵੀ ਡਿਫਰੈਂਸ ਹੈ ਉਹਦੇ ਤੇ ਟੈਕਸ ਦੇਣਾ ਹੈ ਔਰ ਨੈਕਸਟ ਨੇ ਉਹਦੇ ਡਿਫਰੈਂਸ ਦੇ ਉੱਤੇ ਟੈਕਸ ਦੇਣਾ ਔਰ ਉਹਨੂੰ ਡਾਕੂਮੈਂਟਸ ਪ੍ਰੋਵਾਈਡ ਕਰਨੇ ਨੇ ਕਿ ਜੀ ਇਹਦਾ ਬਾਕੀ ਟੈਕਸ ਪੇ ਹੋਇਆ ਹੋਇਆ ਤੇ ਬਾਕੀ ਉਹਦੇ ਉੱਤੇ ਉਹਨੇ ਪੇ ਕਰਨਾ ਆਪਣੇ ਟੈਕਸ ਦੇ ਵਿੱਚ ਤੇ ਮਲਟੀਪਲਾਇਰ ਇਫੈਕਟ ਨਹੀਂ ਹੋਏਗਾ ਇਹਦੇ ਨਾਲ ਠੀਕ ਹੈ ਦੂਸਰਾ 1% ਘਟਣ ਨਾਲ ਡੈਫੀਨੇਟਲੀ ਫਰਕ ਪਏਗਾ ਟੈਕਸੇਸ਼ਨ ਰਜੀਮ ਵਿੱਚ ਤੀਸਰੀ ਚੀਜ਼ ਇਹ ਵੇ ਡਾਕੂਮੈਂਟੇਸ਼ਨ ਆਫ ਇਕੋਨਮੀ ਦਾ ਜ਼ਿਆਦਾ ਇਮਕਾਨ ਹੈ ਕਿ ਰਜਿਸਟ੍ਰੇਸ਼ਨ ਅਗਰ ਕਾਮਯਾਬ ਹੋ ਗਏ ਕਿਉਂਕਿ ਆਨਲਾਈਨ ਹੈ ਰਿਟਰਨਸ ਵੀ ਆਨਲਾਈਨ ਨੇ ਸਾਰੀਆਂ ਅਤੇ ਫੈਡਰਲ ਬੋਰਡ ਆਫ ਰੈਵਨਿਊ ਜਿਹੜਾ ਹੈ ਉਹਨੇ ਜਿਹੜੇ ਸੋਫਟਵੇਅਰ ਡਿਵੈਲਪ ਕੀਤੇ ਨੇ ਉਹਦੇ ਤਹਿਤ ਇਹਦੀ ਰਜਿਸਟ੍ਰੇਸ਼ਨ ਜਿਹਨਾਂ ਦੀ ਨਹੀਂ ਹੋਈ ਅਵਲ ਤੇ ਸੇਲਸ ਟੈਕਸ ਵਾਲਿਆਂ ਦੀ ਰਜਿਸਟ੍ਰੇਸ਼ਨ ਹੋਈ ਉਹਦਾ ਨੇਮ ਇਹਨਾਂ ਚੇਂਜ ਕਰਨਾ ਔਰ ਮਲਟੀਪਲਾਇਰ ਇਫੈਕਟ ਜਿਹੜਾ ਹੈ ਇਹਦਾ ਜਿਹੜਾ ਫਾਰਮੂਲਾ ਬਜਾਏ 16% ਦੇ 15% ਲੱਗ ਜਾਏਗਾ
ਲੇਕਿਨ ਇਹ ਵੇ ਕਿ ਇਹਦੇ ਵਿੱਚ ਸਰਵਿਸ ਸੈਕਟਰ ਵਾਲੇ ਵੀ ਆ ਜਾਣਗੇ। ਹਾਂ ਇਹ ਜ਼ਰੂਰ ਹੈ ਕਿ ਜਿਵੇਂ ਐਜੂਕੇਸ਼ਨ ਹੈ ਜਾਂ ਹੈਲਥ ਹੈ ਉਹ ਇਹਦੇ ਨਹੀਂ ਆਉਂਦੇ, ਲੇਕਿਨ ਬਾਕੀ ਜਿਵੇਂ ਸਰਵਿਸਿਜ ਨੇ ਮਨੀ ਮਾਰਕੀਟ ਹੈ ਜਾਂ ਸਟਾਕ ਮਾਰਕੀਟ ਹੈ ਇਹ ਵੀ ਇਹਦੇ ਵਿੱਚ ਇਨਵੋਲਵ ਹੋਣਗੇ। ਸੋ ਨੈਟ ਜ਼ਰਾ ਵਸੀਹ ਹੋ ਜਾਏਗਾ, ਵਸੀਹ ਹੋ ਜਾਏਗਾ, ਠੀਕ ਹੈ। ਕੈਲਕੂਲੇਸ਼ਨ ਵੀ ਬਿਹਤਰ ਹੋਏਗੀ, ਟੈਕਸ ਘਟੇਗਾ, ਬਿਲਕੁਲ ਠੀਕ ਹੈ। ਅੱਛਾ ਡਾਕਟਰ ਸਾਹਿਬ, ਤੁਸੀਂ ਕੀ ਸਮਝਦੇ ਹੋ ਜਿਹੜਾ ਕੋਨਸੈਪਟ ਆਇਆ ਸੀ ਉਹ ਇਹ ਸੀ ਕਿ ਸਿਰਫ ਦੋ ਟੈਕਸ ਹੋਣਗੇ, ਇੱਕ ਇਨਕਮ ਟੈਕਸ ਔਰ ਇੱਕ ਜਨਰਲ ਸੇਲਸ ਟੈਕਸ। ਔਰ ਜਨਰਲ ਸੇਲਸ ਟੈਕਸ ਦੇ ਉੱਤੇ ਕਿਹਾ ਗਿਆ ਸੀ ਕਿ ਟੈਰਿਫ ਜਿਹੜਾ ਉਹ 15% ਔਰ 35% ਤੱਕ ਸੇਲਸ ਟੈਕਸ ਜਾ ਸਕਦਾ, ਟੋਟਲ 50% ਆਫ ਦੀ ਕਮੋਡਿਟੀ ਦੇ ਉੱਤੇ ਤੁਸੀਂ ਟੈਕਸ ਲਾ ਸਕਦੇ ਹੋ। ਔਰ ਇਹ ਕੋਨਸੈਪਟ ਦੇ ਵਿੱਚ ਵੀ ਨਾਲ ਸੀ ਕਿ ਬਾਕੀ ਟੈਕਸ ਉਡਾ ਦਿਓ। ਇਹ ਦੋਨੋਂ ਇਨਕਮ ਟੈਕਸ ਔਰ ਸੇਲਸ ਟੈਕਸ ਦੇ ਬਾਰੇ ਚ ਕਿਹਾ ਗਿਆ ਸੀ ਕਿ ਇਹ ਇਲਾਸਟਿਸਿਟੀ ਆਫ ਡਿਮਾਂਡ ਨੂੰ ਮੇਜਰ ਕਰਦੇ ਹਨ, ਠੀਕ ਹੈ, ਹਾਂਜੀ। ਬਟ ਕਿਉਂਕਿ ਉਹ ਕਾਮਯਾਬ ਨਹੀਂ ਹੋ ਰਿਹਾ, ਕਿਉਂਕਿ ਜ਼ਿਆਦਾਤਰ ਰਜਿਸਟ੍ਰੇਸ਼ਨ ਨਹੀਂ ਹੋ ਰਹੀਆਂ, ਇਸ ਵਾਸਤੇ ਇਹ ਵਾਪਸ ਆਉਣਾ ਪਿਆ ਵੈਟ ਕੇ ਉੱਤੇ। ਹਾਂਜੀ, ਮੈਟਲ 1980 ਤੋਂ ਲੈ ਕੇ ਕੋਸ਼ਿਸ਼ ਚੱਲਦੀ, ਇਹੋ ਜਿਹੀਆਂ ਐਕਸਪੈਰੀਮੈਂਟਸ ਰਹੇ ਨੇ, ਉਸ ਤੋਂ ਇਲਾਵਾ ਐਕਸਾਈਜ਼ ਡਿਊਟੀਆਂ ਰਹੀਆਂ ਐਂਡ ਸੱਚ ਫੋਰਥ। ਤੇ ਇਨ ਅ ਵੇ ਅਸਲ ਇਸ਼ੂ ਤੇ ਇਹੀ ਰਹੇਗਾ ਕਿ ਰੈਵਨਿਊ ਆਫ ਦ ਗਵਰਨਮੈਂਟ। ਹੁਣ ਅਸੀਂ ਜਦੋਂ ਥਿਊਰੀ ਵਿੱਚ ਗੱਲ ਕਰਦੇ ਹਾਂ ਤੇ ਅਸੀਂ ਕਹਿੰਦੇ ਹਾਂ ਕਿ ਐਨੀ ਗਵਰਨਮੈਂਟ ਨੂੰ ਰੈਵਨਿਊ ਆਉਣਾ ਬਹੁਤ ਜ਼ਰੂਰੀ ਹੈ ਔਰ ਟੈਕਸ ਦੇਣਾ ਬਹੁਤ ਜ਼ਰੂਰੀ ਹੈ, ਬਿਲਕੁਲ ਠੀਕ ਹੈ। ਬਟ ਅਸੀਂ ਇਹ ਕਹਿੰਦੇ ਹਾਂ ਕਿ ਤੁਸੀਂ ਜਿਹੜੇ ਡਾਇਰੈਕਟ ਟੈਕਸਿਸ ਹਨ ਉਹਨਾਂ ਨੂੰ ਵਧਾਓ ਔਰ ਜਿਹੜੇ ਇਨਡਾਇਰੈਕਟ ਟੈਕਸਿਸ ਹਨ ਉਹਨਾਂ ਨੂੰ ਘਟਾਓ, ਤਾਂ ਕਿ ਇੰਪੈਕਟ ਉਹਨਾਂ ਤੇ ਪਵੇ ਜਿਹੜੇ ਜਿਹਨਾਂ ਕੋਲ ਕੁਵਤ ਖਰੀਦ ਹੈ। ਇਹੀ ਸੇਲਸ ਟੈਕਸ ਦਾ ਮਸਲਾ ਸੀ ਕਿ ਉਹ ਕੁਵਤ ਖਰੀਦ ਵਾਲਿਆਂ ਤੇ ਲੱਗਦਾ ਸੀ ਔਰ ਇਨਕਮ ਟੈਕਸ ਉਹਨਾਂ ਤੇ ਜਿਹਨਾਂ ਦੇ ਜਿਹੜੇ ਜ਼ਿਆਦਾ ਇਨਕਮ ਲੈਂਦੇ ਨੇ। ਮੈਂ ਜਦੋਂ ਤੁਸੀਂ ਵੈਲਿਊ ਐਡਿਡ ਟੈਕਸ ਕਰਦੇ ਹੋ ਤੇ ਇਨ ਅ ਵੇ ਤੁਸੀਂ ਉਹਦਾ ਇੰਪੈਕਟ ਹਰ ਕੰਜ਼ੂਮਰ ਤੇ ਲੈ ਕੇ ਜਾ ਰਹੇ ਹੋ ਔਰ ਫਿਰ ਵਾਪਸ ਉਹੀ ਗੱਲਾਂ ਆ ਜਾਣਗੀਆਂ ਕਿ ਇਨਡਾਇਰੈਕਟ ਟੈਕਸਿਸ ਵਧਾ ਦਿਓਗੇ। ਔਰ ਜਿਹੜੀ ਥਿਊਰੀ ਦੀ ਮੈਂ ਗੱਲ ਕਰ ਰਿਹਾ ਸੀ ਉਹਦੇ ਵਿੱਚ ਕੇਨਸ ਤੇ ਕਹਿੰਦਾ ਕਿ ਟੈਕਸੇਸ਼ਨ ਜਿਹੜਾ ਉਹ ਇਕਨੋਮੀ ਨੂੰ ਥੱਲੇ ਲੈ ਕੇ ਆਉਂਦਾ ਜਾਂ ਜੀ ਡੀ ਪੀ ਨੂੰ ਥੱਲੇ ਲੈ ਕੇ ਆਉਂਦਾ ਕਿਉਂਕਿ ਉਹ ਨੰਬਰ ਵਨ ਲੀਕੇਜ ਹੈ ਇਕਨੋਮੀ ਤੋਂ ਔਰ ਨੰਬਰ ਟੂ ਉਹ ਜਿਹੜਾ ਬਾਇੰਗ ਪਾਵਰ ਨੂੰ ਲੋਕਾਂ ਦੀ ਘਟਾਉਂਦਾ ਹੈ। ਔਰ ਨੈਚੁਰਲੀ ਜਦੋਂ ਤੁਸੀਂ ਵੈਲਿਊ ਐਡਿਡ ਟੈਕਸ ਕਹਿ ਰਹੇ ਹੋ, ਗੱਲ ਸਹੀ ਹੈ ਡਾਕਟਰ ਸਾਹਿਬ ਦੀ ਕਿ ਉਹਦੇ ਵਿੱਚ ਹਰ ਬੰਦਾ ਡਾਕੂਮੈਂਟੇਸ਼ਨ ਦੇਵੇਗਾ ਕਿ ਜੀ ਮੈਂ ਟੈਕਸ ਦਿੱਤਾ ਹੈ ਤੇ ਅਗਲਾ ਜਿਹੜਾ ਉਹਨੂੰ ਖਰੀਦੇਗਾ। ਬਟ ਅਗਰ ਤੁਹਾਨੂੰ ਯਾਦ ਹੈ ਐਕਸਾਈਜ਼ ਡਿਊਟੀਜ਼ ਵਿੱਚ ਇਹ ਹੋਇਆ ਕਿ ਤੁਸੀਂ ਗਵਰਨਮੈਂਟ ਨੂੰ ਕਹਿੰਦੇ ਸੀ ਕਿ ਇਹਦੀ 50,000 ਚੀਜ਼ਾਂ ਬਣਾਈਆਂ, ਬਣਾਉਂਦੇ ਤੁਸੀਂ ਲੱਖ ਸੀ, ਸਭ ਦੇ ਉੱਤੇ ਤੁਸੀਂ ਐਕਸਾਈਜ਼ ਡਿਊਟੀ ਲਾ ਦਿੰਦੇ ਸੀ, ਬਿਲਕੁਲ ਸਹੀ ਬਾਤ, ਤੇ ਕੰਜ਼ਿਊਮਰ ਕੋਲੋਂ ਸਾਰਾ ਕੁਝ ਲੈ ਲੈਂਦੇ ਸੀ, ਗਵਰਨਮੈਂਟ ਨੂੰ ਪਾਸ ਓਵਰ ਕਰ ਲੈਂਦੇ ਸੀ। ਤੇ ਕਿਆ ਇਹ ਜਿਹੜੀਆਂ ਇਹ ਵੀ ਸਿਲਸਿਲੇ ਨੂੰ ਉਹਦੇ ਨਾਂ ਦੀ ਤਬਦੀਲੀ ਹੋਈ? ਹਾਂਜੀ, ਨਾਂ ਦੀ ਤਬਦੀਲੀ, ਯੈਸ IMF ਦਾ ਟੂ ਫੋਰਸ ਕਰ ਰਿਹਾ ਹੈ, ਕੋਸਟ ਆਫ ਪ੍ਰੋਡਕਸ਼ਨ ਵਧੇਗੀ, ਠੀਕ ਹੈ। ਨੈਚੁਰਲੀ ਪ੍ਰਾਈਸ ਜਦੋਂ ਚੀਜ਼ਾਂ ਦੀ ਵਧੇਗੀ ਤੇ ਪ੍ਰੋਫਿਟ ਮਾਰਜਨਸ ਘਟਣੇ ਚਾਹੀਦੇ ਨੇ ਔਰ ਡਿਮਾਂਡ, ਔਰ ਪਹਿਲੇ ਹੀ ਬਾਕੀ ਚੀਜ਼ਾਂ ਜਿਸ ਤਰ੍ਹਾਂ ਇੰਟਰਸਟ ਰੇਟ ਵੀ ਨਹੀਂ ਥੱਲੇ ਆ ਰਿਹਾ ਔਰ ਬਿਜਲੀ ਔਰ ਤੇਲ ਦੀਆਂ ਕੀਮਤਾਂ ਵੀ ਥੱਲੇ ਨਹੀਂ ਆ ਰਹੀਆਂ, ਤੇ ਉਹਦੇ ਵਿੱਚ ਇੱਕ ਵੈਲਿਊ ਐਡਿਡ ਟੈਕਸ ਜਿਹੜਾ ਹੈ ਉਹ ਮਾਰਕੀਟ ਨੂੰ ਸ਼੍ਰਿੰਕ ਕਰਦਾ ਹੈ। ਬਿਲਕੁਲ ਠੀਕ ਹੈ। ਅੱਛਾ, ਇਸ ਵਾਲੇ ਨਾਲ ਗੱਲ ਕਰਾਂਗੇ, ਲੇਕਿਨ ਇਸ ਵੇਲੇ ਮੈਂ ਇੱਕ ਛੋਟੀ ਜਿਹੀ ਬ੍ਰੇਕ ਲੈਣੀ ਹੈ ਤੇ ਮਿਲਦੇ ਹਾਂ ਨਾਜ਼ਰੀਨ ਬ੍ਰੇਕ ਤੋਂ ਬਾਅਦ।